सत सचो तहे पछना सचो छूना चल
Yeah.
भीतरे जो राम बसत है यो भीतरे जो राम बसत है साचो साचो ताहे पछाना जग रचना सब झूठ है जग रचना सब झूठ है जान ले हो रे मीत ए तन मिथ्या जानो जो दिसे जो दिसे सो सगल विनाश ए तन मिथ्या जानो झूठा तन झूठा तन सच्चा कर माने ए तन मिथ्या जानो कबीरा दूर सकेल के दूर सकेल के पुरिया बांधी दे एह तन पुरिया बांधी दे दिन सिचार को पेखना दिन सिचार को
ਪੇਖਣਾ ਅੰਤ ਖੇ ਕੀ ਖੇ ਇਹ ਤਨ ਮਿੱਥਿਆ ਜਾਨੋ ਅੰਤ ਖੇ ਕੀ ਖੇ ਹਾਡ ਜਰੇ ਹਾਡ ਜਰੇ ਜੈਸੇ ਲੱਕੜੀ ਕਾ ਤੂਲਾ ਹਾਡ ਜਰੇ ਜੈਸੇ ਲੱਕੜੀ ਕਾ ਤੂਲਾ ਕੇਸ ਜਰੇ ਕੇਸ ਜਰੇ ਜੈਸੇ ਘਾਸ ਕਾ ਪੂਰਾ ਹਾਡ ਜਰੇ ਜਿਉਂ ਲੱਕੜੀ ਕਬੀਰ ਕਹਿੰਦਾ ਮੈਂ ਬੜਾ ਉਦਾਸ ਹੋ ਗਿਆ ਹੱਡੀਆਂ ਨੂੰ ਪਾਲਦਾ ਰਿਹਾ ਕੇਸਾਂ ਨੂੰ ਸੰਭਾਲਦਾ ਰਿਹਾ ਉਹਨੇ ਅੰਦਰ ਵੀ ਗੱਲ ਹੋ ਰਹੀ ਸੀ ਸਰੀਰ ਸਾਰਾ ਇੱਕ ਨਿਸ਼ਾਨ ਹੈ ਸੰਭਾਲਣਾ ਹੈ ਐਸੀ ਗੱਲ ਨਹੀਂ ਆਈਡੈਂਟੀਟੀ ਹੈ ਨਿਸ਼ਾਨ ਹੈ ਪਛਾਣ ਹੈ ਤਨ ਸਰੀਰ ਹਰ ਜੀਵ ਨੂੰ ਮਿਲਿਆ ਛੋਟੀ ਜਿਹੀ ਕੀੜੀ ਹੈ ਉਹਨੂੰ ਵੀ ਮਿਲਿਆ ਉਹ ਵੀ ਸੰਭਾਲਦੀ ਹੈ ਜ਼ਰਾ ਖਤਰਾ ਨਜ਼ਰ ਆਵੇ ਉੱਥੋਂ ਦੌੜਦੀ ਹੈ ਕੀੜਾ ਵੀ ਆਪਣਾ ਰੁੱਖ ਬਦਲ ਜਾਂਦਾ ਦੌੜ ਕੇ ਜਾ ਰਿਹਾ ਹੋਵੇ ਅੱਗੇ ਕੋਈ ਰੁਕਾਵਟ ਹੋਵੇ ਉਹਨੂੰ ਖਤਰਾ ਨਜ਼ਰ ਆਵੇ ਅਹਿਸਾਸ ਹੋ ਜਾਂਦਾ ਹੈ ਉਹਦੇ ਵੀ ਦਿਮਾਗ ਮੌਜੂਦ ਹੈ ਚੇਤਨਤਾ ਹੈ ਕਦੀ ਪਰਖ ਕੇ ਦੇਖਿਓ ਛੋਟੇ ਛੋਟੇ ਕਿਰਮ ਜਿਹੜੇ ਅੱਖਾਂ ਨਾਲ ਦੇਖਣੇ ਵੀ ਮੁਸ਼ਕਲ ਹੁੰਦੇ ਨੇ ਅਤੇ ਤੁਸੀਂ ਦੇਖੋਗੇ ਉਹਨਾਂ ਵਿੱਚ ਵੀ ਸਾਡੇ ਜੀਵਨ ਵਾਲੀਆਂ ਸਾਰੀਆਂ ਹਰਕਤਾਂ ਨੇ ਉਹ ਕੁਝ ਖਾਂਦੇ ਵੀ ਨੇ ਹਜ਼ਮ ਵੀ ਕਰਦੇ ਨੇ ਉਹਨਾਂ ਕੋਲ ਸੋਚ ਚੇਤਨਤਾ ਵੀ ਹੈ ਜ਼ਰਾ ਖਤਰਾ ਹੋਵੇ ਉੱਥੋਂ ਬਚਣ ਦੀ ਕੋਸ਼ਿਸ਼ ਕਰਦੇ ਨੇ ਉਹ ਇੰਨਾ ਕੁ ਸਰੀਰ ਹੈ ਉਹਨੂੰ ਸੰਭਾਲੀ ਫਿਰਦੇ ਨੇ ਸਰੀਰ ਦੀ ਕਦਰ ਹੈ ਕੀਮਤ ਹੈ ਪਛਾਣ ਹੈ ਨਾ ਉਹਦੇ ਬਿਨਾਂ ਪਤਾ ਹੀ ਨਹੀਂ ਲੱਗਣਾ ਕਿ ਇਹ ਬੈਲ ਹੈ ਕਿ ਹਰਨ ਹੈ
ਸਰੀਰ ਦਾ ਫਰਕ ਹੈ ਨਾ, ਉੱਥੋਂ ਅਸੀਂ ਪਛਾਣ ਲਵਾਂਗੇ ਅਤੇ ਆਖਾਂਗੇ ਨਹੀਂ ਇਹ ਹਰਨ ਨਹੀਂ ਬੈਲ ਹੈ, ਫਰਕ ਹੈ। ਇਹਦਾ ਮਤਲਬ ਸਰੀਰ ਸਾਡੀ ਆਈਡੈਂਟੀ ਹੈ, ਪਛਾਣ ਹੈ, ਉਹਦੇ ਬਿਨਾਂ ਪਛਾਣ ਹੀ ਨਹੀਂ ਹੁੰਦੀ। ਬਲਕਿ ਮੈਂ ਤਾਂ ਕਈ ਵਾਰੀ ਕਹਿੰਦਾ ਬਿਰਸ਼ ਜਿਹੜੇ ਨੇ ਇਹਨਾਂ ਦੀ ਪਛਾਣ ਪੱਤੇ ਨੇ। ਅੱਗੇ ਮੌਸਮ ਬਦਲਣਾ, ਪੱਤੇ ਝੜ ਜਾਣੇ ਨੇ, ਪਤਾ ਹੀ ਨਹੀਂ ਲੱਗਣਾ ਕਿਹੜੀ ਚੀਜ਼ ਦਾ ਦਰਖਤ ਹੈ, ਪਤਾ ਹੀ ਨਹੀਂ ਲੱਗਣਾ ਕਿਹੜੀ ਚੀਜ਼ ਦਾ ਦਰਖਤ ਹੈ। ਪੱਤੇ ਆਉਣਗੇ, ਪਤਾ ਲੱਗ ਜਾਏਗਾ। ਪੱਤਿਆਂ ਦੀ ਸ਼ਕਲ ਹਰ ਇੱਕ ਦਰਖਤ ਦੀ ਵੱਖਰੀ ਹੈ, ਉਹ ਪਛਾਣ ਹੈ, ਆਈਡੈਂਟੀ ਹੈ। ਮਨੁੱਖ ਹਰਿਆਵਲ ਨੂੰ ਕਿਉਂ ਸੰਭਾਲਦਾ ਹੈ, ਹਰਿਆਵਲ ਲਈ ਉਹਨਾਂ ਨੂੰ ਪਾਣੀ ਦਿੰਦਾ ਹੈ ਤਾਂ ਕਿ ਹਰੇ ਰਹਿਣ, ਸੁੱਕ ਨਾ ਜਾਣ। ਕਿਉਂਕਿ ਸੁੱਕ ਨਾਲ, ਜਿਸ ਦਿਨ ਸੁੱਕ ਗਏ ਦਰਖਤ, ਉਸ ਦਿਨ ਉਹਦੇ ਨਾਲੋਂ ਪੱਤੇ ਝੜ ਜਾਣਗੇ, ਟਾਹਣੀਆਂ ਰਹਿ ਜਾਣਗੀਆਂ, ਤਣਾ ਵੀ ਰਹਿ ਜਾਏਗਾ, ਪੱਤੇ ਝੜ ਜਾਣਗੇ, ਉਹਦੀ ਆਈਡੈਂਟੀ ਨਹੀਂ ਰਹਿਣੀ। ਅਸੀਂ ਇਸ ਲਈ ਪਛਾਣ ਨੂੰ ਸੰਭਾਲਦੇ ਹਾਂ। ਸਰੀਰ ਦੀ ਸੰਭਾਲ ਵੀ ਇਸੇ ਲਈ ਜ਼ਰੂਰੀ ਹੈ। ਇਹ ਨਹੀਂ ਗੱਲ ਵੀ ਸਰੀਰ ਨੂੰ ਸੰਭਾਲਣਾ ਹੈ, ਇਹ ਤਨ ਮਿੱਥਿਆ ਜਾਣਾ, ਇਸ ਲਈ ਉਹਨੂੰ ਸੁੱਟ ਦੇਣਾ ਹੈ ਜਾਂ ਉਹਦੀ ਬੇਕਦਰੀ ਕਰ ਦੇਣੀ ਹੈ। ਇਸੇ ਲਈ ਗੁਰੂ ਨੇ ਆਖ ਦਿੱਤਾ, ਕਹਿਣ ਲੱਗੇ ਮੈਂ ਸਰੀਰ ਨਾ ਸੰਭਾਲਿਆ। ਅਨੇਕ ਯਤਨ ਕਰ, ਅਨੇਕ ਯਤਨ ਕਰ ਕਾਇਆ ਪਾਲੀ। ਸਾਰੀ ਜ਼ਿੰਦਗੀ ਜੀਵਨ ਅਨੇਕਾਂ ਯਤਨਾਂ ਨਾਲ, ਅਨੇਕਾਂ ਤਰ੍ਹਾਂ ਦੇ ਵਿਟਾਮਿਨ ਖਾ ਕੇ, ਮੌਸਮ ਤੋਂ ਬਚਾ ਕੇ, ਕਿਤੇ ਇਸਨੂੰ ਸਰਦੀ ਨਾ ਲੱਗ ਜਾਏ, ਗਰਮੀ ਨਾ ਲੱਗ ਜਾਏ, ਇਹ ਸਾਰੀ ਸੰਭਾਲ ਸਰੀਰ ਦੀ ਹੈ, ਸਰੀਰ ਦੀ ਹੈ। ਪਰ ਅਜੀਬ ਗੱਲ ਹੈ, ਸੰਭਾਲ ਕਰਨੀ ਗੁਣਾ ਨਹੀਂ। ਜਿਹੜੀ ਚੀਜ਼ ਦੀ ਜਿੰਨੀ ਕੀਮਤ ਹੋਵੇ ਉਹਦੀ ਓਨੀ ਸੰਭਾਲ ਵੀ ਹੁੰਦੀ ਹੈ, ਕੁਦਰਤੀ ਗੱਲ ਹੈ। ਇਹ ਤਾਂ ਵੀ ਕੋਈ ਆਸਾਨੀ ਨਾਲ ਥੋੜ੍ਹਾ ਮਿਲ ਗਿਆ। ਗੁਰਸੇਵਾ ਅਤੇ ਭਗਤ ਕਮਾਈ ਤਬ ਇਹ ਮਾਨਸ ਦੇਹੀ ਪਾਈ, ਬੜਾ ਕੀਮਤੀ ਹੈ। ਅਤੇ ਜਿੰਨਾ ਕੀਮਤੀ ਹੋਵੇ ਓਨੀ ਉਹਦੀ ਸੰਭਾਲ ਵੀ ਹੁੰਦੀ ਹੈ। ਪਰ ਇੱਕ ਖਿਆਲ ਕਰਿਓ, ਹਰ ਕੀਮਤ ਵੱਖਰੀ ਵੱਖਰੀ ਹੈ, ਹਰ ਤਨ ਦੀ ਵੱਖਰੀ ਹੈ। ਅਤੇ ਉਹ ਕੀਮਤ ਜਿਹੜੀ ਹੈ ਨਾ, ਉਹ ਉਹਦੇ ਕਰਮ 'ਤੇ ਸੰਬੰਧਿਤ ਹੈ। ਕਈ ਵਾਰੀ ਹੁੰਦਾ ਮਨੁੱਖ ਤਨ ਨੂੰ ਸੰਭਾਲਦਾ ਪਰ ਤਨ ਦੀ ਵੈਲਿਊ, ਤਨ ਦੀ ਅਸਲੀਅਤ ਨਹੀਂ ਜਾਣਦਾ।
ਤਨ ਕੀ ਹੈ, ਤਨ ਹੈ ਕੀ ਇਹ ਨਹੀਂ ਜਾਣਦਾ, ਸਿਰਫ ਸੰਭਾਲਦਾ ਹੈ। ਸਾਰੀ ਜ਼ਿੰਦਗੀ ਜੀਵਨ ਭਰ ਇਹ ਸੰਭਾਲਦਾ ਰਹਿੰਦਾ ਤਨ ਨੂੰ। ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਅੱਜ ਦਾ ਸ਼ਬਦ ਜਿਹੜਾ ਇਹ ਬੜੀ ਗਹਿਰਾਈ ਨਾਲ ਸਮਝਣ ਵਾਲਾ ਮੈਂ ਬਲਕਿ ਮਹਿਸੂਸ ਕਰਨਾ। ਅੱਜ ਆਪਾਂ ਇੱਕ ਲਾਈਨ ਨੂੰ ਹੀ ਸਮਝ ਸਕਾਂਗੇ, ਸਾਲ ਕੱਲ੍ਹ ਨੂੰ ਸਵੇਰੇ ਦੂਜੀ ਲਾਈਨ ਛੇੜਾਂਗੇ। ਉਹ ਹੈ ਤਨ, ਤਨ ਮਨੁੱਖ ਨੂੰ ਮਨੁੱਖ ਸੰਭਾਲਦਾ ਹੈ, ਗੁਨਾਹ ਨਹੀਂ। ਪਰ ਤਨ ਨੂੰ ਜਾਣਨਾ ਜ਼ਰੂਰੀ ਹੈ, ਜਿਹਨੂੰ ਸੰਭਾਲ ਰਿਹਾ ਹੈ। ਇਹਦੀ ਇਹ ਫਜ਼ੀਲਤ ਹੈ ਨਾ ਵੀ ਸਾਡੀ ਆਈਡੈਂਟੀ ਹੈ, ਅਸੀਂ ਮਨੁੱਖ ਹਾਂ। ਸਾਡਾ ਤਨ ਦੱਸਦਾ ਹੈ ਕਿ ਅਸੀਂ ਮਨੁੱਖ ਹਾਂ। ਜੇ ਅਸੀਂ ਬੈਲ ਹੁੰਦੇ ਤਾਂ ਸਾਡਾ ਤਨ ਇਹ ਨਾ ਹੁੰਦਾ। ਗੁਰੂ ਨੇ ਵੀ ਬਾਣੀ ਵਿੱਚ ਕਹਿ ਦਿੱਤਾ, ਉਸ ਦਿਨ ਤੋਂ ਕਹੀ ਸੀ ਕਿ ਚਾਰ ਪਾਵ ਦੋਏ ਸਿੰਘ ਗੁੰਗ ਮੁੱਖ ਤਬ ਕੈਸੇ ਗੁਣ ਗਈ ਹੈ, ਉੱਠਤ ਬੈਠਤ ਠੇਗਾ ਪਰ ਹੈ ਤਬ ਕਤ ਮੂੰਡ ਲੁਕਾਈ, ਹਰ ਬਿਨ ਬੈਲ ਬਿਰਾਨੇ ਹੋਈ ਹੈ। ਚਾਰ ਪੈਰ ਹੁੰਦੇ, ਦੋ ਸਿੰਘ ਹੁੰਦੇ, ਮੂੰਹ ਵਿੱਚ ਕੋਈ ਬੋਲੀ ਨਾ ਹੁੰਦੀ, ਬੈਲ ਦੇ ਮੂੰਹ ਵਿੱਚ ਕੋਈ ਬੋਲੀ ਨਹੀਂ। ਚਾਰ ਪਾਵ ਦੋਏ ਸਿੰਘ ਗੁੰਗ ਮੁੱਖ, ਕੋਈ ਬੋਲੀ ਨਹੀਂ, ਬੈਲ ਹੈ। ਜੇ ਸਾਨੂੰ ਇਹ ਮਨੁੱਖਾ ਜਨਮ ਮਿਲਿਆ ਹੈ ਤਾਂ ਕੀਮਤੀ ਹੈ। ਪਰ ਇੱਕ ਗੱਲ ਸਮਝੀ, ਕੁਛ ਗੱਲਾਂ ਐਸੀਆਂ ਨੇ ਜਿਹੜੀਆਂ ਸਮਝਣ ਦੇ ਮੁਹਤਾਜ ਨੇ। ਉਹ ਹੈ ਤਨ ਸਾਨੂੰ ਸਾਡੀ ਆਈਡੈਂਟੀ ਹੈ, ਇਸ ਵਿੱਚ ਕੋਈ ਗੁਨਾਹ ਨਹੀਂ, ਇਹਨੂੰ ਸੰਭਾਲ, ਇਸ ਵਿੱਚ ਕੋਈ ਗੁਨਾਹ ਨਹੀਂ। ਪਰ ਇੱਕ ਗੱਲ ਸਮਝ ਲੈ, ਉਹ ਇਹ ਕਿ ਤਨ ਹੈ ਕੀ, ਉਹ ਗੁਰੂ ਤੇਗ ਬਹਾਦਰ ਪਾਤਸ਼ਾਹ ਸਮਝਾ ਰਹੇ ਨੇ ਤੇ ਕਹਿੰਦੇ ਨੇ ਜਗ ਹੈ ਸੰਪਤ ਸੁਪਨੇ ਕੀ। ਇਹਦੇ ਵਿੱਚ ਕੁਝ ਗੁਣ ਵੀ ਨੇ, ਕੁਝ ਅਵਗੁਣ ਵੀ ਨੇ। ਗੁਣ ਇੰਨਾ ਹੈ ਕਿ ਇਹਦੇ ਵਿੱਚ ਰੱਬ ਰਹਿੰਦਾ ਹੈ, ਇਹਦੇ ਵਿੱਚ ਰੱਬ ਰਹਿ। ਤਨ ਮੈਂ ਮਨੂੰ, ਮਨ ਮੈਂ ਸੱਚਾ, ਤਨ ਵਿੱਚ ਮਨ ਹੈ। ਤਨ ਇੱਕ ਨਗਰੀ ਹੈ, ਨਗਰੀ ਸਤਿਗੁਰੂ ਨੇ ਬਾਣੀ ਵਿੱਚ ਆਖਿਆ ਦੇਹੀ ਗਾਵਾ, ਗਾਵਾ ਦਾ ਮਤਲਬ ਹੈ ਗਾਉਂ, ਨਗਰੀ ਦੇਹੀ ਨਗਰੀ ਹੈ। ਅਤੇ ਉਹਦੇ ਵਿੱਚ ਅਗੰਕਾਰ ਹੈ ਅਤੇ ਘਰ ਦੇ ਵਿੱਚ ਘਰ ਦਾ ਮਾਲਕ ਰਹਿੰਦਾ ਹੈ। ਇਹ ਤਿੰਨ ਚੀਜ਼ਾਂ ਵੱਖਰੀ ਵੱਖਰੀਆਂ। ਤਨ ਮੈਂ ਮਨੂਆਂ, ਮਨ ਘਰ ਹੈ, ਰੱਬ ਮਨ ਵਿੱਚ ਰਹਿੰਦਾ। ਪਰ ਤਨ ਵਿੱਚ ਵੀ ਰਹਿੰਦਾ ਕਿਉਂਕਿ ਤਨ ਨਗਰੀ ਹੈ, ਘਰ ਤਨ ਦੇ ਘਰ ਜੇ ਨਗਰੀ ਦੇ ਵਿੱਚ ਹੁੰਦਾ
ਤਨ ਮੈਂ ਮਨੂਆ ਮਨ ਮੈਂ ਸਾਚਾ ਤਨ ਨਗਰੀ ਹੈ ਮਨ ਘਰ ਹੈ। ਜਦੋਂ ਅਸੀਂ ਬਾਰਵਾਂ ਦਾ ਪਾਠ ਕਰਦੇ ਹਾਂ ਨਾ, ਬਾਰਵਾਂ ਦੀ ਵਿਆਖਿਆ ਹੋਈ ਹੈ, ਦਿੱਲੀ ਤੁਹਾਡੇ ਕੋਲ ਪਹੁੰਚੀ ਹੋਣੀ, ਉਹਦੇ ਵਿੱਚ ਮੱਘਰ ਦੇ ਮਹੀਨੇ ਦੀ ਵਿਆਖਿਆ ਕਰਦੇ ਆ ਇੱਕ ਲਫਜ਼ ਆਏ ਸਨ, ਅਸੀਂ ਉਹਨੂੰ ਮੱਘਰ ਕਹਿੰਦੇ ਹਾਂ। ਮੱਘਰ ਕਹਿੰਦੇ ਉਹਦੇ ਅਰਥ ਕਰਨ ਵਾਲੇ ਨੇ ਵੀ ਉੱਤੇ ਜੀ ਟਿੱਪੀ ਹੈ ਨਾ ਉਹਨੂੰ ਉਲਟਾ ਕੇ ਥੱਲੇ ਅਰਥ ਕਰਨ ਵਾਲੇ ਨੇ ਅਧਕਲ ਬਣਾ ਦਿੱਤੀ ਹੈ। ਟਿੱਪੀ ਨੂੰ ਉਲਟਾ ਦਿਓ ਤਾਂ ਅਧਕ ਬਣ ਜਾਂਦੀ ਹੈ। ਕਦੇ ਪੰਜਾਬੀ ਭਾਸ਼ਾ ਵਿੱਚ ਵੇਖਿਓ ਟਿੱਪੀ ਇਸ ਤਰ੍ਹਾਂ ਹੁੰਦੀ ਉੱਪਰ, ਅਧਿਕ ਇਸ ਤਰ੍ਹਾਂ ਹੁੰਦੀ। ਅਰਥ ਕਰਨ ਵਾਲੇ ਨੇ ਟਿੱਪੀ ਨੂੰ ਅਧਿਕ ਬਣਾ ਕੇ ਮੱਘਰ ਕਰ ਦਿੱਤਾ, ਮੱਘਰ। ਪਰ ਗੁਰਬਾਣੀ ਨੇ ਮੱਘਰ ਨਹੀਂ ਲਿਖਿਆ, ਪੜ੍ਹ ਲਿਓ, ਗੁਰਬਾਣੀ ਨੇ ਮੱਘਰ ਨਹੀਂ ਲਿਖਿਆ, ਉੱਥੇ ਬਿੰਦੀ ਹੈ, ਅਧਿਕ ਹੈ ਨਾ ਵਾਹਿਗੁਰੂ, ਉੱਥੇ ਟਿੱਪੀ ਹੈ। ਜਿੰਦਾ ਉਚਾਰਨ ਮੰਗਰ ਹੈ, ਮੱਘਰ ਨੇ ਕਦੀ ਗਹਿਰਾ ਵਿੱਚ ਉਸਦੀ ਵਿਆਖਿਆ ਵੀ ਸੁਣੋ। ਜਦੋਂ ਉੱਤੇ ਟਿੱਪੀ ਪੈ ਜਾਏਗੀ ਫਿਰ ਮੱਘਰ ਨਹੀਂ ਰਹੇਗਾ, ਅਧਿਕ ਨਾਲ ਮੱਘਰ ਬਣੇਗਾ। ਜਦੋਂ ਟਿੱਪੀ ਪੈ ਜਾਏਗੀ ਫਿਰ ਉਹ ਮੱਘਰ ਨਹੀਂ ਰਹੇਗਾ, ਫਿਰ ਬਣੇਗਾ ਮੰਗਰ। ਤੇ ਟਿੱਪੀ ਨੰਨੇ ਦਾ ਕੰਮ ਦੇਵੇਗੀ। ਇੰਗਲਿਸ਼ ਵਿੱਚ ਵੀ ਜਦੋਂ ਤੁਸੀਂ ਬਿੰਦੀ ਜਾਂ ਟਿੱਪੀ ਦਾ ਕੰਮ ਲੈਣਾ ਹੋਵੇ ਕਿਸੇ ਵਰਡ ਨੂੰ, ਤਾਂ ਉੱਥੇ ਐਨ ਜਾਂ ਐਮ ਵਰਤਦੇ ਹੋ, ਉਹਨੂੰ ਵੱਡਾ ਕਰਦੇ ਹੋ। ਇੱਥੇ ਵੀ ਐਮ ਦਾ ਕੰਮ ਮੰਗਰ ਹੈ, ਲਫਜ਼ ਗੁਰਬਾਣੀ ਵਿੱਚ ਮੱਘਰ ਨਹੀਂ, ਮੰਗਰ, ਜਿਸ ਦਾ ਅਰਥ ਹੈ ਮੰਗਰ, ਮਨ ਘਰ, ਮਨ ਰੂਪੀ ਘਰ, ਮਨ ਮੈਂ ਸਾਚਾ। ਰੱਬ ਜਿਹੜਾ ਹੈ ਉਹ ਪਿਰ ਜਿਹੜਾ ਹੈ ਉਹ ਮਨ ਵਿੱਚ ਰਹਿੰਦਾ ਹੈ, ਅਤੇ ਜੀਵ ਆਤਮਾ ਨੇ ਮਨ ਵਿੱਚ ਟਿਕਣਾ ਹੈ ਰੱਬ ਨੂੰ ਮਿਲਣ ਵਾਸਤੇ। ਤਨ ਮੈਂ ਮਨੂਆ ਮਨ ਮੈਂ ਸਾਚਾ, ਮੰਗਰ ਮੈਂ ਸੁਹੰਦੀਆਂ ਪਿਰ ਸੰਗ ਬੈਠੜੀਆਂ। ਜਿਹੜੀਆਂ ਦੌੜ ਤੋਂ ਭੱਜ ਤੋਂ ਮਨ ਨੂੰ ਟਿਕਾ ਕੇ ਮਨ ਵਿੱਚ ਆਪਣਾ ਨਿਵਾਸ ਕਰਦੀਆਂ ਨੇ, ਅੰਦਰ ਸਭ ਕੁਛ ਘਰ ਮੈਂ, ਬਾਹਰ ਨਾ ਹੀ ਬਾਹਰ ਟੋਲੇ ਸੋ ਭਰਮ ਭੁਲਾਹੀ। ਉਹ ਪਿਰ ਨਾਲ ਬੈਠਦੀਆਂ ਨੇ, ਕਿਉਂਕਿ ਪਿਰ ਘਰ ਵਿੱਚ ਰਹਿੰਦਾ, ਮਨ ਘਰ ਹੈ, ਮਨ ਜਿਹੜਾ ਹੈ ਉਹ ਘਰ ਹੈ। ਅਤੇ ਮੈਂ ਕਰ ਰਿਹਾ ਸਾਂ ਤਨ ਵਿੱਚ ਹੈ ਨਾ ਘਰ, ਨਗਰੀ ਵਿੱਚ ਘਰ ਹੈ ਨਾ, ਤਨ ਨਗਰੀ ਹੈ,
ਜਿਸ ਨਗਰੀ ਵਿੱਚ ਮੇਰਾ ਘਰ ਹੈ ਉਸ ਘਰ ਨਗਰੀ ਨੂੰ ਸਾਫ਼ ਰੱਖਣਾ, ਉਹਦੀਆਂ ਸੜਕਾਂ ਨਾ ਟੁੱਟੀਆਂ ਹੋਣ, ਆਪਾਂ ਕਹਿੰਦੇ ਹਾਂ ਨਾ ਉਸ ਨਗਰੀ ਨੂੰ ਸਾਫ਼ ਸੁਥਰਾ ਰੱਖਿਆ ਜਾਏ, ਉਹ ਮੇਰਾ ਘਰ ਵੀ ਉਹਦੇ ਵਿੱਚ ਹੈ। ਰੱਬ ਵੀ ਚਾਹੁੰਦਾ, ਮੈਨੂੰ ਕੋਈ ਉਜ਼ਰ ਨਹੀਂ, ਮੈਨੂੰ ਕੋਈ ਇਤਰਾਜ਼ ਨਹੀਂ, ਤੂੰ ਤਨ ਨੂੰ ਸੰਭਾਲ, ਮਨ ਤਨ ਵੀ ਮੇਰੀ ਨਗਰੀ ਹੈ, ਦੇਹੀ ਗਾਵਾ, ਇਹਦੇ ਵਿੱਚ ਮੇਰਾ ਮਨ ਘਰ ਹੈ। ਮਨ ਘਰ ਮੈਂ ਸੁਆਂਦੀਆਂ, ਤਨ ਮੈਂ ਮਨੂਆਂ, ਮਨ ਮੈਂ ਸੱਚਾ, ਉਹ ਬੈਠਾ ਹੈ। ਪਰ ਹੁਣ ਤਨ ਸਾਰਿਆਂ ਦਾ ਇੱਕੋ ਜਿਹਾ ਨਹੀਂ, ਘਰ ਵੀ ਸਾਰਿਆਂ ਦੇ ਇੱਕੋ ਜਿਹੇ ਨੇ। ਅੰਦਰ ਆਸਾ ਤ੍ਰਿਸ਼ਨਾ ਨੇ ਵੀ ਆਪਣੀ ਮਰਜ਼ੀ ਦਾ ਘਰ ਬਣਾਇਆ ਹੋਇਆ ਹੈ, ਤਨ ਵਿੱਚ ਹੀ ਹੈ। ਕੰਮ ਕੁਦਲੋ ਮੋਹੰਕਾਰ ਨੇ ਵੀ ਆਪਣੀ ਕਿਸਮ ਦਾ ਘਰ ਬਣਾਇਆ ਹੋਇਆ ਹੈ, ਮਨ ਉਹ ਵੀ ਇਸ ਤਨ ਦੇ ਅੰਦਰ ਹੀ ਹੈ। ਪਰ ਰੱਬ ਨੇ ਜਿਸ ਘਰ ਵਿੱਚ ਰਹਿਣਾ ਹੈ ਉਸ ਮਨ ਨੂੰ ਪਵਿੱਤਰ ਕਰਨਾ ਪੈਣਾ ਹੈ, ਉਸ ਘਰ ਨੂੰ ਸਵਾਰਨਾ ਪੈਣਾ। ਜੇ ਮਨ ਮੈਲਾ ਹੈ ਤਾਂ ਉਹ ਨਿਰਮਲ ਪ੍ਰਭੂ ਜਿਹੜਾ ਨਿਰਮਲ ਨਿਰਮਲ ਸੂਚਾ ਸੂਚੋ ਸੂਚਾ ਸੂਚੋ ਸੂਚਾ, ਉਹ ਉਸ ਮੈਲੇ ਮਨ ਦੇ ਘਰ ਵਿੱਚ ਨਹੀਂ ਰਹੇਗਾ। ਮਨ ਘਰ ਹੈ, ਇਹ ਦੋ ਚੀਜ਼ਾਂ ਸਮਝਣੀਆਂ ਨੇ। ਤਨ ਦੀ ਆਪਣੀ ਵੈਲਿਊ ਹੈ, ਮਨ ਦੀ ਆਪਣੀ ਵੈਲਿਊ ਹੈ। ਹੁਣ ਤਨ ਦੀ ਆਪਾਂ ਪਹਿਲੇ ਦਿਨ ਦੀ ਵੈਲਿਊ ਸਮਝੀਏ ਤਾਂ ਉਹ ਉਹਦੇ ਵਿੱਚ ਇੱਕ ਗੱਲ ਸਪਸ਼ਟ ਕਰ ਦਿੱਤੀ ਨੇ। ਅੱਜ ਦੇ ਸ਼ਬਦ ਵਿੱਚ ਤਿੰਨ ਮਸਲੇ ਖੜ੍ਹੇ ਹੋ ਗਏ ਨੇ। ਤਨ ਕੀ ਹੈ, ਮਨ ਰੱਬ ਦਾ ਘਰ ਹੈ, ਅਤੇ ਤਨ ਅਤੇ ਮਨ ਦੀ ਸਾਂਝ ਕੀ ਹੈ, ਦੋਵਾਂ ਦਾ ਆਪਸ ਰਿਸ਼ਤਾ ਹੈ। ਰੱਬ ਰੱਬ ਤਾਂ ਹੀ ਵਸਦਾ ਹੈ, ਬਲਕਿ ਤੁਸੀਂ ਹੈਰਾਨ ਹੋ ਗਏ, ਮੇਰੇ ਸਾਹਮਣੇ ਇੱਕ ਮਸਲਾ ਆਇਆ ਵੀ ਰੱਬ ਨੇ ਜਦੋਂ ਸੰਸਾਰ ਵਿੱਚ ਰਹਿਣਾ ਸੀ ਉਹਨੇ ਨਗਰੀ ਢੂੰਡੀ, ਉਹਦੇ 'ਚ ਕਿਸ ਨਗਰੀ ਵਿੱਚ ਆਪਣਾ ਘਰ ਬਣਾਵਾਂ। ਮਨੁੱਖ ਫੈਸਲਾ ਕਰਦਾ ਨਾ ਕਿਸ ਸ਼ਹਿਰ ਵਿੱਚ ਮੈਂ ਆਪਣਾ ਘਰ ਬਣਾਵਾਂ। ਸਤਿਗੁਰੂ ਜੋਤ ਰੂਪ ਹਰ ਆਪ, ਹਰੀ ਰੂਪ ਜਿਹੜਾ ਜੋਤ ਰੂਪ ਸੀ ਉਹਨੇ ਆ ਕੇ ਸੰਸਾਰ ਜਗਮੇ ਪਰਵਰਿਓ, ਜਦੋਂ ਸੰਸਾਰ ਵਿੱਚ ਆਉਣਾ ਸੀ ਉਹਨੇ ਕੀ ਕੀਤਾ, ਗੁਰੂ ਨਾਨਕ ਕਹਾਇਓ, ਨਾਨਕ ਦੀ ਨਗਰੀ ਤਨ ਨੂੰ ਫੈਸਲਾ ਕੀਤਾ, ਇਹਦੇ ਵਿੱਚ ਰਿਹਾਇਸ਼ ਕਰ ਲਓ, ਇਹਦਾ ਮਨ ਸਾਫ਼ ਕਰ ਲਓ, ਇਹਦੇ ਮਨ ਵਿੱਚ ਦ੍ਰਿੜਤਾ ਪਾ ਦਿਓ, ਮੈਂ ਇਹਦੇ ਵਿੱਚ ਰਹਿਣਾ ਹੈ। ਜੋਤ ਰੂਪ ਹਰ ਆਪ, ਗੁਰੂ ਨਾਨਕ ਕਹਾਇਓ, ਉਹਨੇ ਅਗਲਾ ਜੋਤ ਰੂਪ ਨੇ ਅਗਲਾ ਤਨ, ਕਿਉਂਕਿ ਤਨ ਤਾਂ ਮਿੱਥਿਆ ਸੀ, ਤਨ ਗੁਰੂ ਨਾਨਕ ਦਾ ਵੀ ਮਿੱਥਿਆ ਸੀ, ਚਲਾ ਗਿਆ ਨਾ, ਚਲਾ ਗਿਆ। ਤਨ ਗੁਰੂ ਅੰਗਦ ਸਾਹਿਬ ਦਾ ਵੀ ਮਿੱਥਿਆ ਸੀ,
ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਝੂਠ ਨਹੀਂ ਆਖਿਆ, ਸੱਚ ਆਖਿਆ, ਸਾਧੋ ਇਹ ਤਨ ਮਿਥਿਆ ਜਾਣੋ। ਇਹੋ ਕਾਰਨ ਸੀ ਜੋਤ ਰੂਪ ਨੂੰ ਤਨ ਬਦਲਣੇ ਪਏ। ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ ਅਤੇ ਫਿਰ ਤਨ ਬਦਲਿਆ ਤਾਂ ਤੇ ਅੰਗਦ ਭਇਓ ਤਤ ਸਿਉ ਤਤ ਮਿਲਾਇਓ। ਫਿਰ ਤਨ ਬਦਲਿਆ ਅੰਗਦ ਕਿਰਪਾ ਧਾਰ ਅਮਰ ਸਤਿਗੁਰੂ ਥਿਰ ਕਰੀਓ। ਫਿਰ ਤਨ ਬਦਲਿਆ ਅਮਰਦਾਸ ਅੰਮ੍ਰਿਤ ਛਤਰ ਗੁਰੂ ਰਾਮੇ ਦੀਓ। ਇਹ ਉਹ ਤਨ ਕਿਉਂਕਿ ਤਨ ਮਿੱਥਿਆ, ਤਨ ਕਿਸੇ ਦਾ ਵੀ ਨਹੀਂ ਰਹਿਣਾ। ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਆਖ ਰਹੇ ਨੇ ਸਾਧੋ ਸਾਧੋ ਇਹ ਤਨ ਮਿੱਥਿਆ ਜਾਣੋ, ਇਹ ਤਨ ਮਿੱਥਿਆ ਜਾਣੋ। ਕਬੀਰਾ ਦੂਰ ਸਕੇਲ ਕੇ ਪੁਰੀਆ ਬੰਦੀ ਦੇ ਦਿਵਸ ਚਾਰ ਕੋ ਪਖਣਾ ਅੰਤ ਖੇ ਕੀ ਖੇ ਤਨ ਮਿੱਥਿਆ। ਹੁਣ ਮਸਲਾ ਇਹ ਹੈ ਕਿ ਤਨ ਤਾਂ ਸਾਰੇ ਹੀ ਮਿੱਥਿਆ ਨੇ, ਜਾਨਵਰਾਂ ਦੇ ਤਨ ਵੀ ਮਿੱਥਿਆ ਨੇ। ਤਨ ਤਨ ਵਿੱਚ ਫਰਕ ਹੈ। ਕਹਿਣ ਲੱਗੇ ਫਿਰ ਤਨ ਨੂੰ ਸਮਝ ਵੀ ਇਹਦੇ ਕਰਮ ਕਰਕੇ ਇਹਦੀ ਵੈਲਿਊ ਬਦਲ ਗਈ। ਕਰਮ ਬਦਲਣ, ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ। ਔਰ ਮਾਲਕ ਦੇ ਦਰ ਅੰਦਰ ਕਰਮਾਂ ਦੀ ਵਿਚਾਰ ਹੁੰਦੀ ਹੈ, ਤਨ ਦੀ ਵਿਚਾਰ ਨਹੀਂ ਹੁੰਦੀ ਵੀ ਇਹ ਤਾਂ ਮਨੁੱਖ ਹੈ ਇਸਦੇ ਕਰਮ ਮਹਾਨ ਹੋਣਗੇ। ਨਹੀਂ, ਕਈ ਵਾਰ ਐਸਾ ਵੀ ਹੁੰਦਾ ਕਰਤੂਤ ਪਸ਼ੂ ਕੀ ਮਾਨਸ ਜਾਤ, ਮਤਲਬ ਬੜੇ ਗੰਭੀਰ ਮਸਲੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸਮਝਣ ਵਾਲੇ। ਕਹਿਣ ਲੱਗੇ ਕੋਈ ਜ਼ਰੂਰੀ ਨਹੀਂ, ਇਸ ਲਈ ਕਰਮਾਂ ਦੀ ਵਿਚਾਰ ਹੋਣੀ ਹੈ। ਅਤੇ ਕਰਮਾਂ ਦੀ ਵਿਚਾਰ ਕਰਦਿਆਂ ਜਦੋਂ ਮੈਂ ਦੇਖਣਾ ਉਦੋਂ ਕਈ ਵਾਰੀ ਮਨੁੱਖ ਨਾਲੋਂ, ਮਨੁੱਖ ਦੇ ਤਨ ਨਾਲੋਂ ਪਸ਼ੂ ਦਾ ਤਨ ਮੈਨੂੰ ਜ਼ਿਆਦਾ ਚੰਗਾ ਲੱਗਦਾ ਹੈ। ਗੁਰਬਾਣੀ ਨੇ ਕਹਿ ਦਿੱਤਾ ਨਰੂ ਮਾਰੇ ਨਰੂ ਮਾਰੇ ਨਰ ਕਾਮ ਨਾ ਆਵੇ ਪਸ਼ੂ ਮਾਰੇ ਪਸ਼ੂ ਮਾਰੇ ਦਸ ਕਾਜ ਸਵਾਰੇ ਆਪਣੇ ਕਰਮ ਕੀ ਗਤ ਮੈਂ ਕਿਆ ਜਾਣੋ ਮੈਂ ਕਿਆ ਜਾਣੋ ਬਾਬਾ ਰੇ। ਮਨੁੱਖ ਤਾਂ
ਆਪਣੇ ਜੀਵਨ ਵਿੱਚ ਵੀ ਕਿਸੇ ਦੇ ਕੰਮ ਨਹੀਂ ਆਉਂਦਾ, ਕਿਸੇ ਦਾ ਕੰਮ ਕਰਦਾ ਨਜ਼ਰ ਆਉਂਦਾ ਪਰ ਉਹਦੇ ਪਿੱਛੇ ਉਹ ਆਪਣਾ ਕੰਮ ਕਰ ਰਿਹਾ ਹੋਵੇ। ਜੇ ਜੋਬ ਕਰਦਾ ਕਿਸੇ ਦੀ ਫੈਕਟਰੀ ਵਿੱਚ ਤਾਂ ਵਿਸ਼ਵਾਸ ਕਰਿਓ ਕਿਸੇ ਦੀ ਫੈਕਟਰੀ ਵਿੱਚ ਨਹੀਂ ਕਰੋ, ਆਪਣੇ ਲਈ ਕਮਾਈ ਕਰ ਰਿਹਾ। ਅੱਜ ਉਸਨੂੰ ਪਤਾ ਹੋ ਮੈਨੂੰ ਇਸ ਜੋਬ ਵਿੱਚ ਕੋਈ ਤਨਖਾਹ ਨਹੀਂ ਮਿਲਣੀ, ਪਹਿਲਾਂ ਪਰ ਆਵਰ ਉਹ ਆਪਣਾ ਤੈਅ ਕਰਦਾ ਤਾਂ ਜੋਬ ਕਰਦਾ, ਉਹ ਤਾਂ ਆਪਣੇ ਕਰ ਰਿਹਾ, ਕਿਸੇ ਦਾ ਕੰਮ ਤਾਂ ਕਰ ਨਹੀਂ ਰਿਹਾ। ਪਰ ਵਿਸ਼ਵਾਸ ਕਰਿਓ ਪਸ਼ੂ ਤੁਹਾਡੇ ਨਾਲ ਕੋਈ ਤੈਅ ਨਹੀਂ ਕਰਦਾ, ਸਾਰਾ ਦਿਨ ਹਲ ਵਾਹੁੰਦਾ ਫਿਰ ਤੁਹਾਡੇ 'ਤੇ ਨਿਰਭਰ ਕਰਦਾ, ਉਹਨੂੰ ਕੁਝ ਖਾਣਾ ਦਿਓ ਨਾ ਦਿਓ ਉਹ ਤੁਹਾਡਾ ਕੰਮ ਕਰਦਾ। ਮਨੁੱਖ ਕਿਸੇ ਦਾ ਕੰਮ ਨਹੀਂ ਕਰਦਾ, ਆਪਣਾ ਕੰਮ ਕਰਦਾ ਹੈ। ਪਸ਼ੂ ਜਿਹੜਾ ਹੈ ਉਹ ਜੀਵਦਿਆਂ ਵੀ ਤੁਹਾਡਾ ਕੰਮ ਕਰਦਾ, ਮਰਨ ਤੋਂ ਬਾਅਦ ਉਹਦਾ ਦੇਹ ਜਿਹੜੀ ਹੈ ਉਹ ਵੀ ਤੁਹਾਡੇ ਕੰਮ ਆਉਂਦੀ ਹੈ। ਪਸ਼ੂ ਦੀਆਂ ਹੱਡੀਆਂ ਅਨੇਕਾਂ ਚੀਜ਼ਾਂ ਜੇ ਪਾਊਡਰ ਬਣ ਕੇ ਪੈਂਦੀਆਂ ਨੇ, ਤੁਸੀਂ ਅੱਜ ਦੇਖਦੇ ਹੋ ਪਸ਼ੂ ਦੀ ਚਮੜੀ ਦੇ ਜੁੱਤੀਆਂ ਤੁਸੀਂ ਪਾਉਂਦੇ ਹੋ, ਪਸ਼ੂ ਦੀਆਂ ਆਂਦਰਾਂ ਜਿਹੜੀਆਂ ਨੇ ਉਹਦੀ ਤੰਦੀ ਬਣਦੀ ਹੈ ਜਿਹੜੀ ਸਾਰੰਗੀ ਵਿੱਚ ਪੈਂਦੀ ਹੈ, ਸਰੰਗੀ ਵਿੱਚ ਤਾਰ ਨਹੀਂ ਵੱਜਦੀ, ਕਦੀ ਵੇਖਿਓ ਸਰੰਗੀ ਨੂੰ ਜਿਹੜੀ ਢਾਡੀ ਵਜਾਉਂਦੇ ਨੇ ਨਾ ਸਰੰਗੀ, ਉਹ ਸਰੰਗੀ ਵਿੱਚ ਤਾਰ ਨਹੀਂ ਹੁੰਦੀ, ਉਹ ਜਿਹੜੀ ਤੰਦੀ ਵੱਜਦੀ ਹੈ ਆਵਾਜ਼ ਦਿੰਦੇ ਅੱਗੇ ਉਹਦੇ ਉੱਪਰ ਹੱਥ ਨਹੀਂ ਰੱਖਦਾ ਢਾਡੀ, ਉਹਦੇ ਸਾਈਡ 'ਤੇ ਹੱਥ ਰੱਖਦਾ ਅਤੇ ਉਹ ਤੰਦੀ ਆਂਦਰਾਂ ਨੂੰ ਤੋਂ ਬਣਦੀ ਹੈ। ਪਸ਼ੂ ਮਰੇ 10 ਕਾਜ ਸਵਾਰੇ, ਉਹ ਮਰਨ ਤੋਂ ਬਾਅਦ ਵੀ ਕੰਮ ਆ ਰਿਹਾ, ਫਿਰ ਪਸ਼ੂ ਦੀ ਕੀਮਤ ਜ਼ਿਆਦਾ ਹੋਈ ਨਾ, ਤਨ ਉਹਦੇ ਕੋਲ ਵੀ ਹੈ ਤਨ ਤੇਰੇ ਕੋਲ ਵੀ ਹੈ, ਤੂੰ ਤਨ ਨੂੰ ਸੰਭਾਲਣਾ ਉਹ ਸੰਭਾਲਦਾ ਨਹੀਂ, ਤੇਰੇ ਤਨ ਲਈ ਅਨੇਕਾਂ ਮੈਡੀਸਨ ਬਣੀਆਂ ਨੇ, ਉਹਦੇ ਤਨ ਲਈ ਇੰਨਾ ਕੁਝ ਬਣਿਆ ਹੀ ਨਹੀਂ। ਮੌਸਮ ਤੋਂ ਬਚਾਉਣ ਲਈ ਜੋ ਤੈਨੂੰ ਸਹੂਲਤਾਂ ਨੇ ਉਹਦੇ ਕੋਲ ਹੈ ਹੀ ਨਹੀਂ, ਪਰ ਉਹ ਫਿਰ ਵੀ ਤੇਰਾ ਕੰਮ ਕਰਦਾ ਹੈ। ਮੈਂ ਹੁਣ ਪਸ਼ੂ ਦਾ ਤਨ ਵੱਡਾ ਆਖਾਂ ਜਾਂ ਤੇਰਾ ਤਨ ਵੱਡਾ ਆਖਾਂ? ਗੁਰੂ ਕਹਿੰਦੇ ਨੇ ਨਰੂ ਮਰੇ ਨਰ ਕਾਮਨਾ ਆਵੇ, ਪਸ਼ੂ ਮਰੇ 10 ਕਾਜ ਸਵਾਰੇ, ਆਪਣੇ ਕਰਮ ਕੀ ਗਤ ਮੈਂ ਕਿਆ ਜਾਣਾ, ਮੈਂ ਤਾਂ ਪਛਾਣਦਾ ਹੀ ਨਹੀਂ ਵੀ ਤੂੰ ਕੀ ਕੰਮ ਕਰ ਰਿਹਾ ਉਹ ਕੀ ਕਰ ਰਿਹਾ। ਪਰ ਕਹਿੰਦੇ ਨੇ ਇੱਕ ਗੱਲ ਵਿਸ਼ਵਾਸ ਇੱਥੋਂ ਕਰ ਲੈ ਕਿ ਲੋਕ ਪਸ਼ੂ ਨੂੰ ਉਸ ਤਰ੍ਹਾਂ ਨਹੀਂ ਉਹਦੇ ਤਨ ਨੂੰ ਜ਼ਲੀਲ ਕਰਦੇ ਜਿਹੜੇ ਤੈਨੂੰ ਤੋਰ ਕਰਦੇ ਨੇ, ਹੈ ਮਾਟੀ ਦੇ ਜਿਹੜੇ ਸਾਜਿਆ ਕਰ ਦੁਰਲਭ ਦੇ, ਇਹ ਦੁਰਲਭ ਦੇਹ ਨੂੰ ਕੋਈ ਨਹੀਂ ਸੰਭਾਲਦਾ, ਕੋਈ ਇਹਨੂੰ ਅੱਗ ਵਿੱਚ ਜਲਾ ਦਿੰਦਾ, ਕੋਈ ਇਸਨੂੰ ਮਿੱਟੀ ਵਿੱਚ ਦਫਨਾ ਦਿੰਦਾ ਅਤੇ ਕੋਈ ਇਸਨੂੰ ਫਿਰ ਕਾਵਾਂ ਕੁੱਤਿਆਂ ਦੇ ਖਾਣ ਲਈ ਛੱਡ ਦਿੰਦਾ। ਪਾਰਸੀ ਇਉਂ ਕਰਦੇ ਨੇ,
ਫਾਰਸੀਆਂ ਦੇ ਨਿਯਮ ਮੁਤਾਬਕ ਉਹ ਦੇਹ ਨੂੰ ਮਨੁੱਖੀ ਦੇਹ ਨੂੰ ਸੰਭਾਲਦੇ ਨਹੀਂ। ਉੱਥੇ ਮੈਂ ਬੋਂਬੇ ਦੇਖਿਆ ਆਪ ਜਗ੍ਹਾ ਉਹਨਾਂ ਨੇ ਬਣਾਈ ਹੋਈ, ਉੱਥੇ ਖੂਹ ਜਿਹਾ ਬਣਾਇਆ ਹੋਇਆ, ਖੂਹ ਦੇ ਕਿਨਾਰੇ 'ਤੇ ਜਾ ਕੇ ਸਰੀਰ ਰੱਖ ਦਿੰਦੇ ਨੇ, ਬਸ ਸੰਭਾਲਦੇ ਨਹੀਂ। ਬਲਕਿ ਜਿਹੜੇ ਸੰਭਾਲਦੇ ਨੇ ਨਾ, ਸੋਚਦੇ ਨੇ ਵੀ ਚਲੋ ਜਲਾ ਦਿਓ ਜਾਂ ਦਫਨਾ ਦਿਓ, ਉਹਦੇ ਬਾਰੇ ਵੀ ਉਹ ਇੱਕ ਗੱਲ ਗੁਰੂ ਸਾਹਿਬ ਬਾਣੀ ਵਿੱਚ ਵੀ ਕਹਿੰਦੇ ਨੇ, ਇੱਕ ਗੱਲ ਸੰਸਾਰ ਵੀ ਦੁਨੀਆ ਵੀ ਕੀਤੀ, ਉਹ ਇਹ ਕਿ ਜਿਸ ਵੇਲੇ ਉਹ ਜਾ ਕੇ ਜਲਾਉਂਦੇ ਨੇ ਨਾ, ਉਦੋਂ ਆਪਾਂ ਦੇਖਦੇ ਹਾਂ ਸਾਰੇ ਜਿੰਨੇ ਗਏ ਹੁੰਦੇ ਨੇ ਜਲਾਉਣ ਵਾਸਤੇ, ਉਹ ਸਾਰੇ ਚਿਖਾ ਲਈ ਲੱਕੜਾਂ ਲਿਆਉਂਦੇ ਨੇ, ਇੱਕ ਇੱਕ ਲੱਕੜ ਸਾਰੇ ਚੁੱਕੀ ਲਿਆਉਂਦੇ ਨੇ। ਜਿਹੜੇ ਦਫਨਾਉਂਦੇ ਨੇ ਉਹ ਥੋੜ੍ਹੀ ਥੋੜ੍ਹੀ ਮਿੱਟੀ ਬੁੱਕਾਂ ਵਿੱਚ ਪਾ ਕੇ ਸਾਰੇ ਲਈ ਆਉਂਦੇ ਨੇ। ਭਲਾ ਸਾਰੇ ਕਿਉਂ, ਇਸ ਤੋਂ ਪਹਿਲਾਂ ਕਿਉਂ ਨਹੀਂ ਇੰਤਜ਼ਾਮ ਕਰਦੇ? ਉਹ ਸਾਬਤ ਕਰਦੇ ਨੇ ਕਿ ਇਹਨਾਂ ਵਿੱਚੋਂ ਤੇਰਾ ਕੋਈ ਵੀ ਨਹੀਂ, ਤੈਨੂੰ ਸੰਭਾਲਣ ਵਾਲਾ, ਸਾਰੇ ਤੈਨੂੰ ਦਫਨਾਉਣਾ ਚਾਹੁੰਦੇ ਨੇ। ਮੈਂ ਸ਼ਾਹ ਹਾਸ਼ਮ ਦੀ ਇੱਕ ਵਾਰੀ ਗੱਲ ਪੜ੍ਹੀ ਸੀ, ਸ਼ਾਹ ਹਾਸ਼ਮ ਨੇ ਆਖਿਆ, ਲੋਕ ਕਬਰ ਦੀ ਕਰਨ ਤਿਆਰੀ, ਲੈ ਬਣਾਉਣ ਡੇਰਾ, ਲੈ ਬਣਾਉਣ ਡੇਰਾ। ਅਗਲੇ ਪਾਸੇ ਕਹਿੰਦਾ, ਘਰ ਘਰ ਭਰ ਭਰ ਬੁੱਕ, ਮਿੱਟੀ ਦਾ ਪਾਵਨ ਕਰਦੇ ਢੇਰ ਉਚੇਰਾ, ਸਾਰੇ ਮਿੱਟੀ ਦਾ ਢੇਰ ਪਾ ਕੇ ਤੇਰੇ ਅਤੇ ਢੇਰ ਉੱਚਾ ਕਰਨ ਦੀ ਖਾਤਰ ਤੈਨੂੰ ਸਾਬਤ ਕਰਦੇ ਨੇ ਕਿ ਅਸੀਂ ਤੈਨੂੰ ਸਾਰੇ ਹੀ ਦਫਨਾ ਦੇਣਾ ਚਾਹੁੰਦੇ ਹਾਂ, ਮਿੱਟੀ ਬਣਾ ਦੇਣਾ ਚਾਹੁੰਦੇ ਹਾਂ, ਅਤੇ ਤੇਰੀ ਦੇਹ ਦਾ ਅਸ਼ਰ ਕੀ ਹੈ, ਅਸ਼ਰ ਕੀ ਹੈ, ਕੇਟ ਸਰਾਣਿਆਂ ਨੇ ਭੋਏ ਸਵਣ, ਕੀੜਾ ਲੜਿਓ ਮਾਸ। ਬਾਬਾ ਕਬੀਰ ਜੀ ਨੇ ਕੋਈ ਚੀਜ਼, ਸਤਿਗੁਰੂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਕੋਈ ਚੀਜ਼ ਐਸੀ ਓਹਲਾ ਨਹੀਂ ਛੱਡਿਆ, ਸਭ ਸਮਝਾਈਏ। ਜਦੋਂ ਕਬਰ ਵਿੱਚ ਪਾਉਂਦੇ ਨੇ ਨਾ, ਉਦੋਂ ਸਿਰਾਣੇ ਹੇਠ ਰੱਖ ਲੈਂਦੇ ਨੇ, ਤਾਂ ਸਿਰ ਉਚਾਰ ਬਰਾਬਰ ਕਰਨਾ ਨਾ ਸਰੀਰ ਦੇ, ਜ਼ਮੀਨ 'ਤੇ ਸੁੱਤਾ ਹੁੰਦਾ, ਉਦੋਂ ਦੇ ਲਈ ਕੋਈ ਸੋਹਣਾ ਨਰਮ ਗੱਦਾ ਨਹੀਂ ਹੁੰਦਾ। ਕੀੜੇ ਹੁੰਦੇ ਮਾਸ ਖਾਂਦੇ ਨੇ, ਅਤੇ ਯੁੱਗ ਬੀਤ ਜਾਂਦੇ ਨੇ, ਕਦੇ ਉਹਨੇ ਪਾਸਾ ਵੀ ਨਹੀਂ ਪਰਤਿਆ, ਵੀ ਇੱਕ ਪਾਸੇ ਪਿਆ ਥੱਕ ਗਿਆ। ਸਤਿਗੁਰੂ ਨੇ ਬਾਣੀ ਵਿੱਚ ਆਖਿਆ, ਕਹਿਣ ਲੱਗੇ ਹੇਠ ਸਿਰਾਣੇ ਭੋਏ ਸਵਣ, ਕੀੜਾ ਲੜਿਓ ਮਾਸ, ਕੇਤੜਿਆਂ ਯੁੱਗ ਵਾਪਰੇ। ਬੜਾ ਸਮਾਂ ਬੀਤ ਗਿਆ, ਇੱਕ ਤਪਿਆ ਪਾਸ, ਇੱਕ ਪਾਸੇ ਪਿਆ ਹੋਇਆ ਪਾਸਾ ਵੀ ਨਹੀਂ ਪਰਤਿਆ। ਲੈ ਤੇਰੇ ਸਰੀਰ ਦੀ ਇਹ ਹਾਲਤ ਹੈ, ਤੇਰੇ ਤਨ ਦੀ ਦਾ ਇਹ ਹਸ਼ਰ ਹੈ। ਕਹਿਣ ਲੱਗੇ, ਇਸ ਗੱਲ ਤੋਂ ਤੂੰ ਸਾਰੇ ਇਹਨਾਂ ਹਾਲਾਤਾਂ ਤੂੰ ਸਮਝ ਲੈ, ਇਹ ਤਨ ਤੇਰਾ ਹੈ ਜਿਹਨੂੰ ਤੂੰ ਬਹੁਤ ਪਾਲਣਾ, ਪਸ਼ੂ ਨਹੀਂ ਪਾਲਦੇ, ਪਰ ਪਸ਼ੂ ਮਰੇ ਦਸ ਕਾਜ ਸਵਾਰੇ। ਤਨ ਦੀ ਇਹ ਹਾਲਤ ਹੈ ਸਾਧੋ, ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿੰਦੇ ਨੇ, ਸਾਧੋ ਇਹ ਤਨ ਮਿਥਿਆ ਜਾਣਾ। ਹੁਣ ਤਨ ਦਾ ਜਿਹੜਾ ਚੰਗਾ ਪੱਖ ਹੈ
ਉਹ ਹੈ ਜਾਂ ਭੀਤਰ ਜੋ ਉਹ ਆਪਾਂ ਸਵੇਰੇ ਵਿਚਾਰਾਂਗੇ। ਸਮਾਂ ਹੋ ਗਿਆ, ਅਗਲਾ ਪਾਸਾ ਦੇਖਣਾ, ਅੱਗੇ ਸਮਝ ਲੈ ਸਾਰੀ ਚੀਜ਼। ਇਸੇ ਢੰਗ ਨਾਲ ਗੁਰੂ ਸਾਹਿਬ ਨੇ ਇੱਕ ਸ਼ਬਦ ਇੱਕ ਲਫਜ਼ ਨੂੰ ਵਿਚਾਰਿਆ, ਕਹਿੰਦੇ ਨੇ ਤਨ ਬਾਰੇ ਮੈਂ ਤੈਨੂੰ ਸਮਝਾ ਦੇਣਾ ਚਾਹੁੰਦਾ, ਹੁਣ ਜਿਹੜਾ ਅੰਦਰ ਬੈਠਾ ਹੈ ਉਹਦੇ ਬਾਰੇ ਸਮਝਾਵਾਂਗਾ। ਕਹਿਣ ਲੱਗੇ ਸਾਧੋ ਤਨ ਵਿਥਿਆ ਜਾਨੋ, ਸਾਧੋ ਤਨ ਮਿਥਿਆ ਵਾਲੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਇਸ ਸ਼ਬਦ ਦੀ ਗਹਿਰਾਈ ਵਿੱਚ ਜਾਣਾ ਬਹੁਤ ਜ਼ਰੂਰੀ ਸੀ ਅਤੇ ਮੈਂ ਮਹਿਸੂਸ ਕਰ ਰਿਹਾ ਸਾਂ। ਹੁਣ ਆਪਾਂ ਸਵੇਰ ਨੂੰ ਅਗਲੀ ਲਾਈਨ ਨੂੰ ਵਿਚਾਰਨਾ ਹੈ, ਇਹੋ ਸ਼ਬਦ ਰੱਖਾਂਗੇ। ਅਗਲੀ ਲਾਈਨ ਕਿਉਂ ਹੈ? ਇਸ ਤਨ ਮਿਥਿਆ ਨਾਲ ਮਨ ਦਾ ਅਤੇ ਉਹਦੇ ਵਿੱਚ ਵੱਸਣ ਵਾਲੇ ਹਰੀ ਦਾ ਕੀ ਸੰਬੰਧ ਹੈ, ਕੀ ਸਾਂਝ ਹੈ? ਇਹ ਵੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਅਗਵਾਈ ਵਿੱਚ ਸਮਝਾਂਗੇ। ਆਓ ਇਹਨਾਂ ਸ਼ਬਦਾਂ ਨਾਲ ਖਿਮਾਂਦਾ ਜਾ ਚੁੱਕਾ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।